ਤਾਂ ਪਰ ਮਿੰਟੂ ਜੀ ਨਾਲ ਨਾਲ ਉਹ ਕਹਿੰਦੇ ਪਏ ਜਿਸ ਤਰ੍ਹਾਂ ਦੇ ਨਾਲ ਕਿ ਬਈ ਅਗਨੀਵੀਰ ਯੋਜਨਾ ਜਿਹੜੀ ਜੀ ਉਹ ਵੀ ਅਸੀਂ ਪਾੜ ਦਿੰਦੇ ਹਾਂ ਵਰਕੇ, ਕਹਿੰਦੇ ਕਿ ਬਈ ਉਹ ਅਸੀਂ ਰੱਖਣੀ ਨਹੀਂ, ਕਹਿੰਦੇ ਕਿ ਬਈ ਨਾਲ ਉਹਨਾਂ ਨੇ ਹਰਿਆਣੇ 'ਚ ਵੀ ਦਿੱਤਾ ਅਤੇ ਨਾਲ ਹੀ ਕਹਿੰਦੇ ਕਿ ਬਈ ਕਰਜ਼ਾ ਵੀ ਚੱਕ ਦਾਂਗੇ ਅਸੀਂ ਤਾਂ ਕਿਸਾਨਾਂ ਦਾ, ਸਮਝ ਨਹੀਂ ਆ ਰਹੀ ਪਹਿਲਾਂ ਕੀ ਕੀਤਾ ਫਿਰ ਉੱਥੇ ਕਹਾਣੀ ਫੇਰ ਆ ਗਈ ਮੁੜ ਖੁੜ ਕੇ। ਦੇਖੋ ਕਰਜ਼ਾ ਇਹਨਾਂ ਨੇ ਜੇ ਮੈਂ ਨਹੀਂ ਭੁੱਲਦਾ ਤਾਂ 72,000 ਕਰੋੜ ਦਾ ਮਾਫ਼ ਕਰਤਾ ਸੀਗਾ, ਅਤੇ ਮਨਮੋਹਨ ਸਿੰਘ ਸਰਕਾਰ ਜਾਂਦੀ ਜਾਂਦੀ ਉਸ ਵੇਲੇ UPA ਸਰਕਾਰ ਰਿਪੀਟ ਹੋ ਗਈ ਸੀਗੀ ਜੀ। ਇਹ ਗੱਲ ਹੈਗੀ ਜੇ 2009 ਵਾਲੇ ਇਲੈਕਸ਼ਨ ਦੀ ਜੀ, ਸਾਨੂੰ ਯਾਦ ਹੈ ਉਦੋਂ ਥੋੜ੍ਹਾ ਥੋੜ੍ਹਾ ਕਰਜ਼ਾ ਇਹਨਾਂ ਨੇ ਮਾਫ਼ ਕਰ ਦਿੱਤਾ ਸੀਗਾ। ਪੰਜਾਬ 'ਚ ਕਿੰਨਾ ਹੋਇਆ ਮੈਨੂੰ ਇਹਦੀ ਹੁਣ ਜਾਣਕਾਰੀ ਨਹੀਂ ਹੈ, ਪਰ ਥੋੜ੍ਹਾ ਥੋੜ੍ਹਾ ਕਰਜ਼ਾ ਇਹਨਾਂ ਨੇ ਮਾਫ਼ ਕਰਤਾ ਸੀਗਾ ਜੀ। ਉਹਦਾ ਅਸਰ ਇਹ ਹੋਇਆ ਸੀਗਾ ਕਿ ਪੂਰੇ ਦੇਸ਼ ਭਰ ਦੇ ਵਿੱਚੋਂ ਕਿਸਾਨੀ ਵੋਟ ਜਿਹੜੀ ਆ ਉਹ ਇਹਨਾਂ ਵੱਲ ਮੁੜੀ ਸੀਗੀ ਜੀ। ਬਾਕੀ MSP ਦੀ ਗਰੰਟੀ ਬਾਰੇ ਮੈਂ ਖੁਦ ਵੀਡੀਓ ਕੀਤੇ ਨੇ, ਡਿਬੇਟ 'ਚ ਆਪਦਾ ਪੱਖ ਰੱਖਿਆ ਕਿ MSP ਦੀ ਗਰੰਟੀ ਦੇਣੀ ਕੋਈ ਔਖੀ ਨਹੀਂ ਹੈ, ਸੰਭਵ ਨਹੀਂ ਹੈ ਜੀ। ਜੇ ਤੁਹਾਡੇ 'ਚ ਇੱਛਾ ਸ਼ਕਤੀ ਹੈ, ਜੇ ਤੁਹਾਡੇ 'ਚ ਵਿਜ਼ਡਮ ਹੈਗਾ, ਦੇ ਸਕਦੇ ਹੋ ਯਾਰ, ਕੋਈ ਵੱਡੀ ਗੱਲ ਹੀ ਹੈ ਨਹੀਂ ਗੀ। ਇਹ ਤਾਂ ਐਵੇਂ ਹੁਣ ਪਹਿਲਾਂ ਸਾਨੂੰ ਵੀ ਇੱਕ ਉਲਝਾਊ ਭਰਮ ਪਾਊ ਅੰਕੜਾ ਦਿੱਤਾ ਜਾਂਦਾ ਸੀਗਾ ਕਿ 20 ਲੱਖ ਕਰੋੜ ਦੀ ਜ਼ਰੂਰਤ ਹੈ, ਫਲਾਂ ਫਲਾਂ ਕੁਛ ਨਹੀਂ ਹੈ, ਥੋੜ੍ਹਾ ਬਹੁਤਾ ਕਹਿ ਲਓ ਕਿ ਭਾਵ ਅੰਤਰ ਕੁਝ ਸਟੇਟਾਂ 'ਚ ਦੇਣਾ ਪਊਗਾ। ਬਸ ਇਹ ਆ ਕਿ ਪ੍ਰਣਾਲੀ ਵਧੀਆ ਬਣਾਉਣ ਦੀ ਜ਼ਰੂਰਤ ਆ, ਹੋ ਜਾਏਗਾ। ਦੂਜੀ ਗੱਲ ਉਹਨਾਂ ਨੇ ਬੀਮੇ ਦੀ ਵੀ ਕਹੀ ਆ ਜੀ ਕਿ ਜਿਹੜਾ ਹੁਣ ਤੱਕ ਦਾ ਬੀਮਾ ਨੀਤੀ ਵਾਲਾ ਕੰਮ ਆ ਜੋ ਮੋਦੀ ਸਾਹਿਬ ਨੇ ਲਿਆਂਦਾ ਸੀਗਾ ਬੀਮਾ ਪਾਲਿਸੀ ਵਾਲਾ, ਕਿ ਇਹਦਾ ਕਾਰਪੋਰੇਟ ਕੰਪਨੀਆਂ ਨੂੰ ਜ਼ਿਆਦਾ ਫਾਇਦਾ ਮਿਲਿਆ ਵਾ ਜੀ, ਤਾਂ ਅਸੀਂ ਨਵੇਂ ਸਿਰੇ ਤੋਂ ਨਵੀਂ ਯੋਜਨਾ ਲਿਆਵਾਂਗੇ ਕਿ ਵਿਦਇਨ ਫਿਊ ਡੇਜ਼ ਤੁਹਾਡਾ ਜਿਹੜਾ ਕਲੇਮ ਹੋਏਗਾ ਤੁਹਾਡੇ ਤੱਕ ਪਹੁੰਚ ਜਾਏਗਾ। ਇਹ ਵੀ ਗੱਲ ਕਿਸਾਨੀ ਨਾਲ ਜੁੜਦੀ ਆ ਜੀ। ਤੀਸਰੀ ਗੱਲ ਜਿਹੜੀ ਕੀਤੀ ਆ ਉਹ ਪੰਜਾਬ ਦੇ ਰੁਜ਼ਗਾਰ ਨਾਲ ਜੁੜਦੀ ਕੀਤੀ ਆ ਉਹਨਾਂ ਨੇ ਅਗਨੀਵੀਰ, ਕਿਉਂਕਿ ਆਪਣੇ ਬਹੁਤ ਸਾਰੇ ਬੱਚੇ ਜਿਹੜੇ ਆ ਪੱਕੇ ਫੌਜ ਦੇ ਵਿੱਚ ਜਾਂਦੇ ਸੀਗੇ, ਪੱਕੀ ਭਰਤੀ ਜਦੋਂ ਆਪਾਂ ਕਹਿ ਲਈ ਹਰ ਪਿੰਡ ਦੇ ਵਿੱਚ ਮੇਰੇ ਖਿਆਲ ਨਾਲ ਕੋਈ ਪਿੰਡ ਜਾਂਦੇ ਸੀ, ਹਰੇਕ ਬੈਚ ਦੇ ਵਿੱਚ ਕਹਿ ਲਓ ਕਿ ਸਾਡੇ ਪੰਜਾਬੀਆਂ ਦੀ ਹਾਜ਼ਰੀ ਸੀਗੀ, ਉਹ ਕਿਤੇ ਨਾ ਕਿਤੇ ਰੁਜ਼ਗਾਰ ਨਾਲ ਜੁੜ ਗਿਆ। ਹੁਣ ਦੇਖੋ ਕਿਸਾਨ ਆ ਗਿਆ ਨਾਲ ਜਵਾਨ ਆ ਗਿਆ ਨਾ, ਇਹ ਹੁੰਦੀ ਆ ਕਲਾ। ਅਤੇ ਤੀਸਰਾ ਪਤਾ ਕੀ ਕਿਹਾ, ਕੀਤਾ ਨੋਟ, ਉਹ ਤੁਸੀਂ ਛੱਡ ਗਏ ਹੋ ਜੀ 85-85 ਸੌ ਰੁਪਈਆ ਔਰਤਾਂ ਦੇ ਖਾਤੇ 'ਚ। ਉਹ ਤਾਂ ਕਹਿੰਦੇ ਮੈਨੂੰ 5 ਜੁਲਾਈ ਤੋਂ ਕਹਿ ਰਹੇ ਸੀ ਨਾ, 5 ਜੁਲਾਈ ਤੋਂ। ਹਾਂ ਉਹ ਤਾਂ ਮੈਂ ਭੁੱਲ ਗਿਆ ਸੀ ਬੀਬੀਆਂ ਵਾਲਾ ਜੀ, ਔਰਤਾਂ ਨੂੰ ਨਾਲ, ਔਰਤ ਵਰਗ, ਕਿਉਂਕਿ ਮੈਂ ਹਮੇਸ਼ਾ ਕਹਿੰਦਾ ਕਿ ਪੰਜਾਬ ਦਾ ਜਿਹੜਾ ਔਰਤ ਵਰਗ ਹੈ ਨਾ, ਇਹਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਅਤੇ 50% ਵੋਟ ਪੋਲ ਕਰਦਾ ਵਿਧਾਨ ਸਭਾ 'ਚ, ਆਪਾਂ ਵੇਖਿਆ ਆਮ ਆਦਮੀ ਪਾਰਟੀ ਦਾ ਕਹਿ ਲਓ ਕਿ ਇੱਥੋਂ ਤੱਕ ਮੈਂਡੇਟ ਲੈ ਜਾਣਾ, ਉਹਦੇ ਵਿੱਚ ਔਰਤਾਂ ਦੀ ਵੋਟ ਦੀ ਹਿੱਸੇਦਾਰੀ ਬਹੁਤ ਵੱਡੀ ਸੀਗੀ, ਚਾਹੇ ਉਹ 1000 ਦਾ ਐਲਾਨ ਸੀਗਾ ਜਿਸ ਨੂੰ ਹੁਣ 1100 ਸੋਧ ਕੇ ਕਰ ਦਿੱਤਾ ਮਾਨ ਸਾਹਿਬ ਨੇ, ਪਤਾ ਨਹੀਂ ਕੀ ਮਨੇ ਆਈਆਂ ਨੇ ਜੀ, ਅਤੇ ਚਾਹੇ ਉਹ ਡਰੱਗ ਦਾ ਮਸਲਾ ਸੀ, ਬੇਰੁਜ਼ਗਾਰੀ ਦਾ ਮਸਲਾ ਸੀ, ਔਰਤ ਨੇ ਘਰ ਚਲਾਉਣਾ ਨਾ ਹਜ਼ੂਰ, ਉਹਨੂੰ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਗਿਆਨ ਹੈ, ਮਹਿੰਗਾਈ ਕੀ ਆ। ਤਾਂ ਇਸ ਕਰਕੇ ਔਰਤ ਦੀ ਵੋਟ ਜਿਹੜੀ ਆ ਬਹੁਤ ਮਹੱਤਵਪੂਰਨ ਹੋ ਜਾਂਦੀ ਆ। ਹਾਲਾਂਕਿ ਇਹ ਕਿਸ ਤਰ੍ਹਾਂ ਚੋਣ ਹੋਊਗੀ, ਗਰੀਬ ਤਾਂ ਕੋਈ ਵੀ ਹੋ ਸਕਦਾ, ਕਿਸ ਤਰ੍ਹਾਂ ਇਹ ਸ਼੍ਰੇਣੀਬੱਧ ਕਰਨਗੇ, ਗਰੀਬ ਦੀ ਭਾਸ਼ਾ ਉਦੋਂ ਕੀ ਹੋਊਗੀ, ਵਿਆਖਿਆ ਕੀ ਹੋਊਗੀ, ਉਹ ਰਾਹੁਲ ਗਾਂਧੀ ਨੂੰ ਨਾ ਕੋਈ ਅੱਜ ਪੁੱਛ ਰਿਹਾ ਅਤੇ ਨਾ ਰਾਹੁਲ ਗਾਂਧੀ ਦੱਸ ਰਿਹਾ ਕਿ ਉਹਦੀ ਪਰਿਭਾਸ਼ਾ ਕੀ ਹੋਊਗੀ। ਕੱਲ੍ਹ ਨੂੰ ਤੁਸੀਂ ਕਹਿ ਦਿਓ ਕਿ ਬਿਲੋ ਪਾਵਰਟੀ ਲਾਈਨ BPL ਕਾਰਡ, ਕੱਲ੍ਹ ਨੂੰ ਸ਼ਰਤਾਂ ਰੱਖ ਦਿਓ, ਇਹੀ ਅਮਰਿੰਦਰ ਸਿੰਘ ਨੇ ਕੀਤਾ ਸੀ ਉਰੇ ਹਾਂਜੀ ਹਾਂਜੀ ਕਰਜ਼ਾ ਮਾਫ਼ੀ ਦੇ ਵਿੱਚ, ਤੁਹਾਨੂੰ ਯਾਦ ਹੋਏ ਜੀ, ਸੀਮਤ ਸੀਮਾਂਤ ਕਿਸਾਨ ਲਿਆ ਕੇ 2 ਸ਼ਰਤਾਂ ਬਿਲਕੁਲ ਹਾਂਜੀ ਕੈਟਾਗਰਾਈਜ਼ ਕਰ ਦਿੱਤਾ ਸੀ ਜੀ ਜੀ ਜੀ। ਇਹਦੇ ਪਾਸੇ ਬੈਨੀਪਾਲ ਜੀ ਮਿੰਟੂ ਜੀ ਕਮੈਂਟ ਕਰਦੇ ਪਏ, ਕਹਿੰਦੇ ਲੋਸ ਇੰਜਰੀਸ ਦੇ ਵਿੱਚ ਨਾ ਮੈਂ ਕਿਸੇ ਨੂੰ ਮਿਲਿਆ ਸੀ ਸ਼ਨੀਵਾਰ ਨੂੰ,
ਇੰਟਰਨਲ ਅਫੇਅਰਸ ਆਫ ਇੰਡੀਆ ਦੇ ਵਿੱਚ ਉਹ ਬੰਦਾ ਹੈਗਾ ਸ਼ਾਇਦ ਕੋਈ, ਕਹਿੰਦੇ ਕਿ ਹੋਣਾ ਕੋਈ, ਕਹਿੰਦੇ ਕਿ ਹਾਂ ਉਹਨਾਂ ਨੇ ਮੈਨੂੰ ਕਲੈਰੀਫਾਈ ਕੀਤਾ ਆਰਐਸਐਸ ਕਹਿੰਦੇ ਕਿ ਇਸ ਵੇਲੇ ਬੀਜੇਪੀ ਨੂੰ ਸਪੋਰਟ ਨਹੀਂ ਕਰ ਰਹੀ। ਅਸੀਂ ਤਾਂ ਕਹਿ ਰਹੇ ਹਾਂ, ਅਸੀਂ ਤਾਂ ਕਈ ਦਿਨਾਂ ਦੇ ਕਹਿ ਰਹੇ ਹਾਂ ਕਿ ਆਰਐਸਐਸ ਇੰਨੀ ਜ਼ਿਆਦਾ ਐਕਟਿਵ ਨਹੀਂ ਹੈ। ਮੈਨੂੰ ਖੁਦ ਇੱਕ ਵਾਰੀ ਮੇਰੇ ਦੋਸਤ ਨੇ ਦੱਸਿਆ ਜੋ ਰਾਜਸਥਾਨ ਦੇ ਇੱਕ ਬਹੁਤ ਵੱਡੇ ਸ਼ਹਿਰ 'ਚ ਰਹਿੰਦਾ, ਉਹ ਕਹਿੰਦਾ ਕਿ ਯਾਰ ਸਾਡੇ ਸੋਸਾਇਟੀ ਦੇ ਜਿਹੜੇ ਫਲੈਟ ਆ ਇਹ ਆਉਂਦੇ ਹੁੰਦੇ ਸੀਗੇ ਸਵੇਰੇ ਤੜਕੇ ਵੋਟਾਂ ਵਾਲੇ ਦਿਨ ਕਿ ਬਈ ਆਹ ਪਰਚੀ ਫੜੋ, ਜੇ ਕੋਈ ਵਹੀਕਲ ਦੀ ਜ਼ਰੂਰਤ ਹੈ ਉਹ ਪ੍ਰੋਵਾਈਡ ਕਰਦੇ ਆ। ਇਸ ਵਾਰੀ ਕੁਝ ਵੀ ਨਹੀਂ ਸੀਗਾ, ਬੜੇ ਵੱਡੇ ਸ਼ਹਿਰ ਦੇ ਵਿੱਚ ਰਹਿਣ ਵਾਲਾ ਬੰਦਾ ਦੱਸ ਰਿਹਾ ਸੀਗਾ। ਤੋ ਇਹ ਗੱਲਾਂ ਜਿਹੜੀਆਂ ਨੇ ਉਹ ਸਾਫ਼ ਨੇ। ਆਰਐਸਐਸ ਤਾਂ ਬਿਲਕੁਲ ਅੱਛਾ, ਇਹ ਵਿਗਾੜ ਜਿਹੜਾ ਸੀਗਾ ਨਾ ਨਿਤਿਨ ਗਡਕਰੀ ਤੋਂ ਸ਼ੁਰੂ ਹੋਇਆ ਸੀਗਾ, ਇਹ ਤੁਹਾਨੂੰ ਮੈਂ ਕਾਰਨ ਵੀ ਦੱਸ ਦੇਣਾ। ਭਾਗਵਤ ਸਾਹਿਬ ਅਤੇ ਮੋਦੀ ਸਾਹਿਬ ਅਤੇ ਗਡਕਰੀ ਸਾਹਿਬ ਖਾਣੇ 'ਤੇ ਇਕੱਠੇ ਸੀਗੇ 2014 ਤੋਂ ਬਾਅਦ ਲਾ ਲਓ, ਹੁਣ ਐਗਜੈਕਟ ਜਗ੍ਹਾ ਜੁਗਾ ਦੱਸਣੀ ਠੀਕ ਨਹੀਂ ਹੈ। ਦੱਸਦੇ ਆ ਕਿ ਉੱਥੇ ਖਾਣੇ 'ਤੇ ਸ਼ਾਇਦ ਡਿਨਰ ਸੀ ਕਿ ਲੰਚ ਸੀਗਾ, ਉਸ ਵੇਲੇ ਗਡਕਰੀ ਸਾਹਿਬ ਦੀ ਵਕਾਲਤ ਕੀਤੀ ਗਈ ਕਿ ਬਈ ਗਡਕਰੀ ਸਾਹਿਬ ਦਾ ਧਿਆਨ ਰੱਖੋ, ਸਰਕਾਰ 'ਚ ਤਵੱਜੋ ਮਿਲਣੀ ਚਾਹੀਦੀ ਆ। ਅਤੇ ਦੱਸਦੇ ਆ ਕਿ ਨਰਿੰਦਰ ਮੋਦੀ ਜਿਸ ਤਰ੍ਹਾਂ ਬੋਲਦੇ, ਇਹ ਜੋ ਸਾਹਮਣੇ ਬੋਲਦੇ ਆ ਨਾ, ਦੱਸਦੇ ਆ ਕਿ ਜਦੋਂ ਇਹ ਉੱਦਾਂ ਬੋਲਦੇ ਆਫ ਦੀ ਰਿਕਾਰਡ ਆਫ ਦੀ ਕੈਮਰਾ, ਉਦੋਂ ਤਾਂ ਫਿਰ ਪੁੱਛਣੇ ਕੀ ਅਮਿਤ ਸ਼ਾਹ ਜਾਂ ਜਿਹੜੇ ਇੱਥੇ ਆਮ ਆਦਮੀ ਪਾਰਟੀ ਵਾਲੇ ਵੀ ਬਾਹਰੋਂ ਆਏ ਆ ਪਾਠਕ ਪੁੱਠਕ, ਇਹਨਾਂ ਨੂੰ ਵੀ ਕਿਤੇ ਪੁੱਛ ਲਿਓ ਇਹਨਾਂ ਨੂੰ ਕਿਸ ਤਰ੍ਹਾਂ ਪਿਆਰ ਦੁਲਾਰ ਦਿੰਦੇ ਆ ਪੰਜਾਬੀਆਂ ਨੂੰ ਜਿਹੜੇ ਕੋਈ ਮਾੜੇ ਮੋਟੇ ਕਿਸੇ ਪੱਖ ਤੋਂ ਹੋ ਜਾਂਦੇ ਆ। ਅਮਿਤ ਸ਼ਾਹ ਦੀ ਤਾਂ ਇਸ ਤਰ੍ਹਾਂ ਦੀ ਰੋਬਦਾਰੀ ਜਿਹੜੀ ਆ ਉਹ ਕਿਤਾਬਾਂ 'ਚ ਦਰਜ ਆ ਕਿ ਕਿਸ ਤਰ੍ਹਾਂ ਕਿਸੇ ਨੂੰ ਕਿਹਾ ਜਾਂਦਾ ਸਦਕੇ ਕਿ ਤੂੰ ਚੁੱਪ ਹੋ ਜਾ, ਦੁਬਾਰਾ ਟਿਕਟ ਨਹੀਂ ਮੰਗਣੀ, ਬਸ ਦੌੜ ਜਾ, ਐਂ ਕੰਮ ਚੱਲਦਾ ਇਸ ਮੁੱਦੇ 'ਤੇ ਨਹੀਂ ਬੋਲਣ। ਤਾਂ ਕਹਿੰਦੇ ਆ ਕਿ ਉਹ ਜਿਹੜਾ ਬੋਲ ਬੁਲਾਰਾ ਹੋਇਆ ਸੀਗਾ, ਉਹ ਤੋਂ ਬਾਅਦ ਫਿਰ ਤੁਸੀਂ ਦੇਖਿਆ ਹੀ ਆ ਕਿ ਨਿਤਿਨ ਗਡਕਰੀ, ਪਹਿਲਾਂ ਇਹਨਾਂ ਦੇ ਕੋਲ ਸ਼ਿਪਿੰਗ ਵਗੈਰਾ ਕਾਫੀ ਪੋਰਟਫੋਲੀਓ ਸੀਗੇ ਜੀ, ਫਿਰ ਬਾਅਦ 'ਚ ਕੀ ਰਹਿ ਗਿਆ ਸੀਗਾ, ਇਕੱਲਾ ਹੀ ਹਾਈਵੇਜ਼ ਵਾਲਾ, ਹੋਰ ਕੁਝ ਵੀ ਨਹੀਂ ਰਿਹਾ। ਤਾਂ ਉੱਥੋਂ ਕਾਫੀ ਕਹਿ ਲਓ ਕਿ ਭਾਗਵਤ ਸਾਹਿਬ ਅਤੇ ਜੋ ਮੋਦੀ ਜੀ ਹੈ ਇਹਨਾਂ ਦੇ ਵਿੱਚ ਦੂਰੀਆਂ, ਅਤੇ ਤੁਸੀਂ ਪ੍ਰਾਣ ਪ੍ਰਤਿਸ਼ਠਾ 'ਚ ਵੀ ਦੇਖਿਆ ਹੋਣਾ ਕਿ ਭਾਗਵਤ ਸਾਹਿਬ ਬਿਲਕੁਲ ਸੈਕਿੰਡ ਲਾਈਨ ਦੇ ਲੀਡਰ ਬਣ ਕੇ ਰਹਿ ਗਏ। ਫਿਰ ਤੁਸੀਂ ਦੇਖੋ ਕਿ ਨਰਿੰਦਰ ਮੋਦੀ 10 ਸਾਲ ਦੇ ਕਾਰਜਕਾਲ ਦੇ ਦੌਰਾਨ ਨਾਗਪੁਰ 'ਚ ਰਾਤ ਕੱਟਦੇ ਆ, ਭਾਗਵਤ ਉਸੇ ਹੀ ਸ਼ਹਿਰ ਦੇ ਵਿੱਚ ਉਸੇ ਟਾਈਮ ਮੌਜੂਦ ਸੀਗੇ, ਇਨ ਦੋਨਾਂ ਦੀ ਮੁਲਾਕਾਤ ਨਹੀਂ ਹੁੰਦੀ ਨਾਗਪੁਰ ਦੇ ਵਿੱਚ ਹੈੱਡਕੁਆਟਰ 'ਤੇ। ਤਾਂ ਇਹ ਤਾਂ ਸਾਫ਼ ਆ ਕਿ ਤੁਸੀਂ ਦੇਖ ਲਓ ਕਿ ਜੇ ਆਪਾਂ ਪੂਰੇ ਦੇਸ਼ ਵਿਆਪੀ ਦੇਖੀਏ ਜਿਸ ਤਰ੍ਹਾਂ ਦੇ ਕਹਿ ਲਓ ਕਿ ਰਿਪੋਰਟਾਂ ਨੇ ਅੰਕੜੇ ਨੇ, ਜਿਸ ਤਰ੍ਹਾਂ ਦਾ ਟਰਨ ਆਊਟ ਆ, ਉਹ ਸਾਰਾ ਸੰਕੇਤ ਦਿੰਦਾ ਕਿ ਆਰਐਸਐਸ, ਇਹ ਵੀ ਨਹੀਂ ਮੈਂ ਮੰਨਦਾ ਕਿ ਬਿਲਕੁਲ ਨਦਾਰਦ ਰਿਹਾ ਹੋਏਗਾ, ਪਰ ਆਰਐਸਐਸ ਜਿਵੇਂ ਕਹਿ ਲਓ ਕਿ ਖੇਮਾ ਹੁੰਦਾ, ਤੜਾ ਹੁੰਦਾ ਕਿ ਕੁਝ ਥਾਵਾਂ 'ਤੇ ਜਾਂ ਕਹਿ ਲਓ ਕਿ ਕੁਝ ਹਿੱਸੇ ਨੇ ਸੰਘ ਦੇ ਹਿੱਸੇ ਨੇ ਆਪਦੀ ਜਿਹੜੀ ਆ ਉਹ ਸਰਗਰਮੀ ਜਿਹੜੀ ਆ ਉਹ ਗੈਰ ਸਰਗਰਮੀ ਰੱਖੀ ਹੈ। ਜੀ 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 ਗੱਲ ਚਲੋ ਮਿੰਟੂ ਜੀ ਕਾਂਗਰਸ ਦੀ ਚੱਲ ਰਹੀ ਹੈ ਜੀ, ਨਾਲ ਨਾਲ ਆਪਾਂ ਬਲਕੌਰ ਸਿੰਘ ਬਾਰੇ ਵੀ ਗੱਲ ਕਰ ਲਈਏ ਜੀ। ਤਾਂ ਵੈਸੇ ਅੱਜ ਸਿੱਧੂ ਮੂਸੇਵਾਲੇ ਦੀ ਬਰਸੀ ਅੱਜ ਦੂਸਰੀ, ਤਾਂ ਉਹਨਾਂ ਦੀ ਫੈਮਿਲੀ ਨੇ ਵੀ ਆਖਿਆ ਕਹਿੰਦੇ ਕਿ ਬਈ ਪਰਿਵਾਰ ਨੂੰ ਇੱਥੇ ਮਿਲਣ ਵਾਲੇ ਜਿਹੜੇ ਉਹਨਾਂ ਦੇ ਸ਼ੁਭ ਚਿੰਤਕ ਆ ਉਹ ਜ਼ਰਾ ਨਾ ਆਉਣ ਜੀ, ਕਹਿੰਦੇ ਕਿਉਂਕਿ ਕੋਈ ਇਸ ਤਰ੍ਹਾਂ ਦਾ ਕੋਈ ਗਲਤ ਸੁਨੇਹਾ ਜਾਵੇ, ਮੈਸੇਜ ਜਾਵੇ, ਉਹ ਵੀ ਨਹੀਂ ਜਾਣਾ ਚਾਹੀਦਾ ਜੀ, ਕਹਿੰਦੇ ਕਿ ਇਲੈਕਸ਼ਨ ਚੱਲ ਰਿਹਾ ਨਾ। ਜੀ ਜੀ ਹਾਂ ਇਲੈਕਸ਼ਨ ਚੱਲ ਰਿਹਾ ਜੀ। ਤਮਿਲ ਸ਼ਾਇਦ ਰਾਹੁਲ ਗਾਂਧੀ ਨੇ ਮੈਂ ਖੂਬ ਪੜ੍ਹ ਰਿਹਾ ਸੀਗਾ, ਉਹਨਾਂ ਨੇ ਵੀ ਕੋਈ ਟਿੱਪਣੀ ਕੀਤੀ ਸ਼ਾਇਦ ਕਿਤੇ, ਅੱਜ ਤੁਸੀਂ ਸ਼ਾਇਦ ਸਪੋਕਸਮੈਨ ਅਖਬਾਰ ਨਹੀਂ ਦੇਖਿਆ ਹੋਵੇਗਾ, ਸਪੋਕਸਮੈਨ ਅਖਬਾਰ ਦਾ ਪਹਿਲੇ ਪੰਨੇ 'ਤੇ ਸਿੱਧੂ ਮੂਸੇਵਾਲੇ ਦਾ ਇਸ਼ਤਿਹਾਰ ਦਿੱਤਾ ਗਿਆ ਬਕਾਇਦਾ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ। ਅੱਛਾ ਜੀ। ਜੀ ਹਾਂ, ਮੈਂ ਨਹੀਂ ਦੇਖਿਆ ਸਪੋਕਸਮੈਨ ਦਾ ਜਿਹੜਾ ਪੰਜਾਬੀ ਐਡੀਸ਼ਨ ਹੈ ਜੀ, ਮੈਨੂੰ ਲੱਗਦਾ ਪੰਜਾਬੀ ਹੋਈ ਹੈ ਇਹਨਾਂ ਦਾ, ਹੁਣ ਤਾਂ ਹੈ ਨਹੀਂ ਕੋਈ,
ਤਾਂ ਉਸ ਐਡੀਸ਼ਨ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਫੁੱਲ ਪੇਜ ਦਾ ਇਸ਼ਤਿਹਾਰ ਹੈ ਕਾਂਗਰਸ ਵੱਲੋਂ ਜੀ। ਸੈਕਿੰਡ ਚੀਜ਼ ਜਿਹੜੀ ਸੀਗੀ ਉਹ ਵੇਖਣ ਵਾਲੀ ਇਹ ਸੀਗੀ ਕਿ ਜਦੋਂ ਰਾਹੁਲ ਗਾਂਧੀ ਖੰਨੇ ਆਇਆ, ਅੱਜ ਰਾਹੁਲ ਗਾਂਧੀ ਦੀਆਂ 3 ਕਿ 4 ਥਾਵਾਂ 'ਤੇ ਰੈਲੀਆਂ ਨੇ, ਜਿੱਥੇ ਮੋਦੀ ਹੁਸ਼ਿਆਰਪੁਰ ਵੀ, ਉੱਥੇ ਪਟਿਆਲੇ ਉਹਨਾਂ ਦਾ ਹੁਸ਼ਿਆਰਪੁਰ ਵੀ ਆ ਜੀ ਸ਼ਾਇਦ, ਅਤੇ ਪਟਿਆਲੇ ਵੀ ਆ ਜੀ, ਅਤੇ ਫਰੀਦਕੋਟ ਵੀ ਮੈਨੂੰ ਲੱਗਦਾ ਕਿ ਇੱਕ ਰੈਲੀ ਕਰੂਗੇ ਜੀ। ਕੁਝ ਥਾਵਾਂ 'ਤੇ ਕਹਿ ਲਓ ਕਿ ਥੋੜ੍ਹਾ ਕੋਈ ਕਸਰ ਬਸਰ ਵਾਲਾ ਕੰਮ ਹੈ, ਉੱਥੇ ਲੁਧਿਆਣੇ 'ਚ ਤਾਂ ਆ ਗਏ ਨਾ ਵੜਿੰਗ ਸਾਹਿਬ, ਥੋੜ੍ਹੀ ਹੋਰ ਮਜ਼ਬੂਤੀ। ਡਾਕਟਰ ਗਾਂਧੀ ਉਹ ਤਾਂ ਫਿਰ ਹੁਣ ਅੱਜ ਕੱਲ੍ਹ ਯਾਰ ਦਿਲਦਾਰ ਯਾਰੀਆਂ